पहला कत्ती वाला देख लेने आ गया भाई, दो मिनट रुको। आ हुण दो टायर आ, हुण गुड्डी दा फर्क आंदा पिया। मैनू तां आ सही लगदी पई आ, ते मनु कहंदा आ सही। तैनू कड़ी सही लगदी पई? आही सही लगदी। देखिए पहला हूँ 32 मिलता 33 मिलता के मिलता पे लोहे तो उदा काफ़ी पे है ना। आहो ये नाल पाते पावे सफारी होर आप 15 ड्रम ही पावे 15 इंच आया टायर भाजी 15 इंच जो ड्रम हों ड्रम वो भी दिखा दौ माड़ा जहाँ ये भाजी 15 है साढ़े कत्ती है यार कत्ती भी ना सीधे चढ़ूगा भाजी की 33 इंच कहते पैना नहीं है यार जरूरी नहीं आही गड्डी गुट्टी देखनी है होर भी देख लवांगे ना जे नहीं फिट बंदा होया उदा तक नहीं बैठ नहीं होना तो गुट्टी तीन ही है कहंदे सिद्धे बाकी सिद्धे यार सिद्धे नहीं पौने ना आ सोने लगने पायो बाकी देख लेने हैं 33 वाले च देख लेने हैं पहला 31 वाले देख लेने आ गया भाई 2 मिनट रुको आ देखो ए आ ड्रम कहंदे पौन नु आ आही ड्रम पौना आपा आही पौए ए 17 दा लगदा मेनू 15 दा नहीं लगदा 15 दा यार नहीं 16 होना है ड्रम मनु बहुत वड्डा है 33 नहीं पैना उस्ताद ये साला केड़े हिसाब नाल पऊगा छड्ड तू आपां 31 देखदे आ ये नहीं पैना ये तां उहदे विच नहीं आंदा पिया ना डीसी टायर जलंधर देखते हैं की करते हैं की नहीं करते है। आ टायर आ जवानों सोहना लगे बस यही कहने की जे तो सोहना लगे तो पवावे नहीं तो अगे जाके देखते हैं की बनता 31 इंच MT टायर पा के देखा हम देखते हैं जैक तो लुहा के देखा ना की लगती करा लेनी दीपांशु की रिकमेंडेशन से पहुंचे हैं इतने फड़ना आप दीपांशु ही आ हाँ कि पिछे पाके चेक करना कि केड़ा सही लगता ਇਹਨਾਂ ਤੋਂ ਦੇਖ ਲੈ ਕਿਹੜੀ ਗੁੱਡੀ ਸਹੀ ਲੱਗਦੀ ਪਾ ਕੇ ਦੇਖ ਲੈ ਮੈਨੂੰ ਆਹ ਵਾਲਾ ਸੋਹਣਾ ਲੱਗਦਾ ਉਹ ਜ਼ਿਆਦਾ ਚੌੜਾ ਇਹ ਨਾਰਮਲ ਇਹ ਜਿਹੜਾ ਇੰਦਰ ਨੂੰ ਪਏ ਉਹ ਗੱਡੀ ਇਹ ਕਿੰਨਾ ਹੈ ਭਾਜੀ ਇਹ 295 ਆ 275 ਹੋਣਾ 275 ਆ ਨਾ ਉਹਦਾ ਲੋਕ ਕਿਹੜਾ ਪਾਉਂਦੇ ਜ਼ਿਆਦਾ ਆਪਾਂ ਸਾਡੇ ਆਹ ਵਾਲਾ ਪਿਆ ਆ ਜਿਹੜਾ ਹੁਣ ਆਪਾਂ ਜਿਹੜੇ ਲਾਏ ਆ ਟਾਇਰ ਤੇ ਤੂੰ ਦੱਸ ਕਿਹੜਾ ਪਾ ਕੇ ਦੇਖਣਾ ਮੈਂ ਕਿਹਾ ਸੇਮ ਥੋੜਾ ਪਾਉਣਾ ਥੋੜਾ ਖਰਾਬ ਹੀ ਹੋ ਜਾਂਦਾ ਪਹਿਲੀ ਦੀ ਵੱਡੀ ਆ ਨਾ ਤੇ ਉੱਚਾ ਹੋਊਗਾ ਕਿੰਨੀ ਪ੍ਰੋਫਾਈਲ 50 55 ਆ ਪਾ ਦਿਓ ਭਾਜੀ ਆ ਪਾ ਕੇ ਦਿਖਾ ਇਹਨਾਂ ਚੋਂ ਇੱਕ ਪਾ ਲੈਣਾ ਜਾ ਉਹ ਜਾ ਆਹ ਵਾਲਾ ਆ ਗੁੱਡੀ नौनू शाह जी बह गए जिन्हों अलोए चाहिए हो गए इन फोन कर लियो चक लियो जोड़े चाहिए भाई नंबर दसो भाई नंबर दसो नंबर भाजी का दस वे दस दे 8205 हाँ अगे की देखता की दस तू गोपी दस दस एदा नंबर तू बहुत खरा है तेरा ना उदी फोन वाले अपने यहाँ नंबर दस तू यहाँ नंबर दस मेरे को मैं पाऊँ लो बी पिछला टायर भी चेंज करा के देखते हैं देखते कि जचता है आप उ पावे इधर होर पवा लेना तो उधर होर पवा लेना जोड़ा सोहना लगे आप फाइनल कर देना आ हूँ दो टायर आ हूँ गुड्डी का फर्क आता पाया मैनू तो आ सही लगती पी है तो मनु कहता आ सही तेनू कड़ी सही लगती पी आही सही लगती
ਆਹੋ ਹੈਗੀ ਤਾਂ ਆ ਵੀ ਸਹੀ ਆ ਹੁਣ ਦੇਖਦੇ ਹਾਂ ਜੇ ਆਹੀ ਪਾਉਣੇ ਹੋਏ ਤਾਂ ਇਹਨਾਂ 'ਚੋਂ ਕਿਹੜੇ ਪਾਉਣੇ ਆਪਾਂ ਕਰਦੇ ਹਾਂ ਸਿਸਟਮ ਸੈੱਟ ਅਤੇ ਪਵਾ ਕੇ ਜਾਵਾਂਗੇ ਇੱਕ ਉੱਧਰ ਭਾਅ ਜੀ ਦੂਸਰਾ ਤਿਆਰ ਕਰਦੇ ਪਏ ਆ ਉਹ ਵੀ ਪਵਾ ਕੇ ਦੇਖਾਂਗੇ 272 ਨੰਬਰ ਆ ਇਹ ਵੀ ਪਵਾ ਕੇ ਦੇਖਾਂਗੇ ਇਹ ਕਿੱਦਾਂ ਲੱਗਦਾ ਪਿੱਛੇ ਹੁਣ ਦੂਸਰਾ ਪਾਉਂਦੇ ਪਏ ਆ ਅਤੇ ਮੋਹਰੇ ਉਹ ਪਾਇਆ ਹੁਣ ਚੈੱਕ ਕਰਦੇ ਹਾਂ ਕਿਹੜੀ ਸਹੀ ਲੱਗਦੀ ਆ ਪ੍ਰੋਫਾਈਲ ਅਤੇ ਫਿਰ ਪਵਾਉਂਦੇ ਹਾਂ ਬਾਕੀ ਆਪਣਾ ਦਿਲ ਤਾਂ ਉੱਤੇ ਆ ਗਿਆ ਜਿਹੜਾ ਇੱਧਰ ਪਿਆ ਉਹਦੇ ਉੱਤੇ ਹੁਣ ਦੇਖਦੇ ਹਾਂ ਕਿਆ ਸਿਸਟਮ ਸੈੱਟ ਹੁੰਦਾ ਹੁਣ ਦੇਖੋ ਆਹ ਟਾਇਰ ਸਹੀ ਲੱਗਦਾ ਜਾਂ ਉਹ ਟਾਇਰ ਸਹੀ ਲੱਗਦਾ ਆਹ ਇੱਦਾਂ ਆ ਅਤੇ ਇਹਦੀ ਗੁੱਡੀ ਇੱਦਾਂ ਆ ਕਿਹੜੇ ਸਹੀ ਲੱਗਦੇ ਫਿਰ ਅਤੇ ਹੁਣ ਗੁੱਡੀ ਕਿਹੜੀ ਪਾਉਣੀ ਇਹਨਾਂ 'ਚ ਲਓ ਬਈ ਆਹ ਟਾਇਰ ਕਰਤਾ ਡਨ ਆਪਾਂ ਅਤੇ ਆਹ ਟਾਇਰ ਪਾਵਾਂਗੇ ਹੁਣ ਪੰਜਾਂ ਨੂੰ ਤੁਹਾਨੂੰ ਲੁੱਕ ਮੈਂ ਸਾਰੀ ਦਿਖਾਉਂਦਾ ਹਾਂ ਜੋ ਵੀ ਸਿਸਟਮ ਬਣਦਾ ਅੱਗੇ ਇਹਦੀ ਗੁੱਡੀ ਨਹੀਂ ਸਹੀ ਲੱਗੀ ਇਹਦੀ ਗੁੱਡੀ ਸਹੀ ਆ ਸੋ ਆਹ ਟਾਇਰ ਲੱਗਿਆ ਆਪਾਂ ਆਹ ਫਾਈਨਲ ਕੀਤਾ ਚੈੱਕ ਕਰ ਲਓ ਕੁਝ ਗੱਡੀ ਜੈਕਾਂ 'ਤੇ ਲਾ ਤੀ ਅਗਲਿਆਂ ਨੇ ਕੋਈ ਟਾਇਰ ਨਹੀਂ ਹੁਣ ਅਲੋਇਆਂ 'ਤੇ ਟਾਇਰ ਚੜ੍ਹਦੇ ਪਏ ਅੰਦਰ ਹਾਂਜੀ ਹਾਂਜੀ ਬੰਦ ਕਰ ਦਿਓ ਭਾਅ ਜੀ ਭਾਈ ਇੱਧਰ ਵੀ ਆਪਣੇ ਤੋਂ ਗੱਡੀ ਪਹੁੰਚੀ ਨਵੇਂ ਟਾਇਰ ਠੀਕ ਆ ਭਾਅ ਜੀ ਉਹਨਾਂ ਦੀ ਦੁਕਾਨ ਆ ਇਹ ਗੱਲ ਕਰ ਲਿਓ ਭਾਈ ਨਾ ਭਾਈ ਫਗਵਾੜੇ ਆਪਣੇ ਚੱਲ ਆਪਣੀ ਇੱਕ ਬਸ ਕਰ ਓਏ 420 ਦਾ ਮੇਤੇ ਨਾ ਕਰਾ ਦੇ ਉਹ ਜਿਹੜਾ ਆਪਾਂ ਪਹਿਲੋਂ ਪਾਇਆ ਸੀ ਉਹ ਲਾ ਰਹੇ ਨੇ ਆਹੋ ਉਹ ਪਾਇਆ ਸੀ ਉਹਨੇ ਚੈੱਕ ਕਰਨ ਨੂੰ ਪਾਇਆ ਸੀ 275 ਨੰਬਰ ਉਹ ਨਹੀਂ ਵਧੀਆ ਲੱਗਾ ਇੱਕ ਆ ਜੇਕੇ ਟਾਇਰ ਦਾ ਪਾਇਆ ਸੀ ਇਹ ਵੀ ਨਹੀਂ ਸਹੀ ਇਹਦੀ ਗੁੱਡੀ ਚੇਂਜ ਆ ਉਦਾਂ ਹੈਗਾ ਤਾਂ ਸੇਮ ਹੀ ਆ ਉਹ ਪਰ ਇਹ ਵਾਲਾ ਜ਼ਿਆਦਾ ਆ ਜ਼ਿਆਦਾ ਵਧੀਆ ਲੱਗਦਾ ਬਹੁਤ ਐਂਡ ਲੱਗਾ ਸਾਨੂੰ ਭਾਈ ਜੀ ਨਾਲੇ ਲਓ ਬਈ ਚਾਹ ਪਾਣੀ ਦਾ ਮਾਣ ਬਖਸ਼ਿਆ ਗਿਆ ਇੱਥੇ ਸਾਨੂੰ ਰੁਪਈਆ ਵੀ 60,000 ਰੁਪਈਆ ਦੇਣਾ ਇਹਨਾਂ ਨੂੰ ਚਾਹ ਪਾਣੀ ਦਾ 70 ਸੱਚ 70 ਨਹੀਂ 72,000 ਰੁਪਈਆ ਦੇਣਾ ਇੱਦਾਂ ਕਿੱਦਾਂ ਦੀ ਗੱਲ ਬਣੀ ਸੀ ਭਰਾ ਹਨੇਰਾ ਹੋਣ ਲੱਗ ਪਿਆ ਅਤੇ ਹੁਣ ਲਾਈਟ ਵੀ ਘੱਟ ਹੀ ਆਉਣੀ ਬਲੋਕ ਦੇ ਵਿੱਚ ਆਹ ਥੋੜ੍ਹਾ ਕਟਾਉਣਾ ਪਿਆ ਫੈਂਡਰ ਇਹਦਾ ਪਿੱਛੇ ਟਾਇਰ ਫਿੱਟ ਨਹੀਂ ਆਉਂਦਾ ਸੀ ਪੂਰਾ ਉੱਧਰ ਵੀ ਹੋਰ ਵੇ ਕਾਪੀ ਦਿਲ ਖੁਸ਼ ਹੋ ਗਿਆ ਕਿ ਨਹੀਂ ਮੋਟਾ ਪੈਸਾ ਖਰਚਤਾ ਅੱਜ ਕਿੰਨੇ ਸਾਲ ਕਿੰਨੇ ਚਿਰ ਬਾਅਦ ਮਿਲੇ ਨਾ ਆਪਾਂ ਭਾਈ ਜੀ ਸਾਲ ਡੇਢ ਸਾਲ ਹੋ ਗਿਆ ਜ਼ਿਆਦਾ ਜੀ ਜ਼ਿਆਦਾ ਹੀ ਤੁਸੀਂ ਉਹ ਮੀਨਾ ਜੂਲੋ ਦੇ ਮਿਲਿਓ ਓਏ ਉਹਦਾ ਨਾਂ ਨਾਲ ਹੈ ਟਾਇਰ ਪਾਉਂਦੇ ਨੇ ਰਾਤ ਹੋ ਗਈ ਇੱਥੇ ਰੱਛ ਦੇਖੋ ਤਾਂ ਟਾਇਰ ਦੇਖਣ ਨੂੰ ਕਹਿੰਦੇ ਪਵਾਏ ਨਹੀਂ ਕਿਸੇ ਨੇ ਸਫਾਰੀ ਨੂੰ ਇਹਦੇ ਨਾਲ ਦੇ ਦੂਸਰੇ ਹੀ ਪਵਾਉਂਦੇ ਆ ਜਿਹੜੇ 275 295 ਹੁੰਦੇ ਆ ਆਹੋ ਉੱਥੇ ਕਰਾ ਲਵਾਂਗੇ ਅਲਾਈਨਮੈਂਟ ਵਗੈਰਾ ਉੱਧਰੋਂ ਕਹਿੰਦੇ ਕਰਵਾ ਲਿਓ ਇੱਧਰ ਕੋਈ ਸਿਸਟਮ ਇਹਨਾਂ ਦੇ ਖਰਾਬੀ ਆ ਕਰਿਆ ਸਟੱਪਣੀ ਪਈ ਆ ਇੱਧਰ ਬਾਕੀ ਬਲੋਕ ਤੁਸੀਂ ਦੇਖ ਹੀ ਚੱਲਿਓ ਸਿਸਟਮ ਵਧੀਆ ਓਕੇ ਸੈੱਟ ਕਰਕੇ ਦੇਵਾਂਗੇ ਇੱਧਰ ਵੀ ਪੈ ਗਏ ਆ ਦੇਖੀ ਕਿਤੇ ਚਾਹ ਇੱਥੇ ਹੀ ਨਾ ਲਾ ਦੇਈ ਜਿਸ ਹਿਸਾਬ ਨਾਲ ਪਿੱਛੇ ਨੂੰ ਰੋੜੀ ਜਾਂਦਾ ਪਿਆ ਮਾਮਾ ਉੱਚੀ ਹੋ ਗਈ ਗੱਡੀ ਉਦਾਂ ਬਾਕੀ ਕਰਾ ਦੇਣੀ ਹਾਂਜੀ ਕੀ ਕਹਿਣਾ ਚਾਹੋਗੇ ਭਾਜੀ ਹੁਣ ਕਹਿਣਾ ਲੈ ਵੀ ਸਟੱਪਣੀ ਫਿੱਟ ਹੋਣ ਲੱਗੀ ਆਹੀ ਤਾਂ ਮੇਰੀ ਫੇਵਰੇਟ ਆ ਸਾਰੇ ਕਹਿੰਦੇ ਸੀ ਸਟੱਪਣੀ ਮੈਨੂੰ ਸਾਰਿਆਂ ਨੇ ਕਿਹਾ ਕਹਿੰਦੇ ਬਿਨਾਂ ਸਟੱਪਣੀ ਤਾਂ ਸੋਹਣੀ ਲੱਗਦੀ ਪਰ ਮੇਰਾ ਨਹੀਂ ਦਿਲ ਮੰਨਿਆ ਮੈਂ ਕਿਹਾ ਸਾਲੀ ਸਫਾਰੀ ਜਚਦੀ ਸਟੱਪਣੀ ਨਾਲ ਮੇਰਾ ਮਨ ਸਟੱਪਣੀ 'ਤੇ ਹੀ ਰਿਹਾ ਸਾਰੀ ਟਾਈਮ ਹੈ ਗੋਪੀ ਸੋਹਣੀ ਲੱਗਦੀ ਨਾ ਸਟੱਪਣੀ ਨਾਲ ਹੈ ਮੈਨੂੰ ਸਾਰੇ ਕਹਿੰਦੇ ਸੀ ਸਟੱਪਣੀ ਨਹੀਂ ਪਾਉਣੀ ਚੱਕ ਵੀ ਲਓਗੀ ਕੋਈ ਚੱਕਰ ਨਹੀਂ ਯਾਰ ਬਰੋਬਰ ਹੀ ਆ ਬਾਹਰ ਨੂੰ ਵੀ ਨਹੀਂ ਮੈਂ ਇੰਨੀ ਉੱਚੀ ਕਹਿੰਦਾ ਸੀ ਕਿ ਇੰਨੀ ਉੱਚੀ ਚਾਹੀਦੀ ਆ ਗੱਡੀ ਉਸਤਾਦ ਬਾਕੀ ਸਟੱਪਣੀ ਵਾਲਾ ਬਈ ਐਵਰੇਜ ਨੂੰ ਕਿੰਨਾ ਕੁ ਫਰਕ ਪਊ ਐਵਰੇਜ ਨੂੰ ਪੈਣ ਦੇ ਜਿੰਨਾ ਪੈਂਦਾ ਹੱਲੇ ਕਿਹੜਾ ਆਪੂ ਕਮਾਉਂਦੇ ਆ ਜਿੱਦਣ ਕਮਾਉਣ ਲੱਗੇ ਉਦਣ ਅਲਟੋ ਉਲਟੋ ਰੱਖ ਲਵਾਂਗੇ ਟੈਨਸ਼ਨ ਹਾਂ ਬਸ ਇਹ ਕਹਿੰਦੀ ਪਾਈ ਜਾਓ ਵਿੱਚ ਇਹ ਜਿੱਦਣ ਆਪੂ ਕਮਾਉਣ ਲੱਗਿਆ ਨਾ ਉਦਣ ਅਲਟੋ ਉਲਟੋ ਲੈ ਲੈਣੀ ਆ ਕੋਈ ਇਹਨੂੰ ਖੜੀ ਕਰ ਦੇਣਾ ਮਰੂਤੀ ਲੈ ਲੈਣੀ 02 ਦੀ ਬਹੁਤ ਐਵਰੇਜ ਹੋ ਲਾ ਮਰੂਤੀ ਵੀ ਨਹੀਂ ਪੁੱਗਣੀ ਨਹੀਂ ਨਹੀਂ 02 ਪੁੱਗ ਜਾਣੀ ਨਹੀਂ ਤਾਂ ਸਕੂਟਰੀ ਹੈਗੀ ਸਟਾਰਟ ਸਟਾਰਟ ਘਰੇ ਖੜੀ ਉਹ ਵੀ ਚੱਲੂਗੀ ਇਹਦਾ ਬਾਪੂਆਂ ਦੇ ਸਿਰ ਤੇ ਚੱਲੀ ਜਾਂਦੇ ਵੇ ਸਾਰੇ ਜਾਣੇ ਉਹ ਮੁੰਡਾ ਚੱਲਾ ਛੱਡੋ ਕੀ ਦੱਸਾਂ ਰਹਿਣ ਦਿਓ ਮੈਂ ਚੱਲਾਂ ਇਹ ਚੱਲਾ ਮੁੰਡਾ ਮੈਂ ਚੱਲਾਂ ਇਹ ਕੈਨੇਡਾ ਚੱਲਾ ਜਲਦੀ ਤੋਂ ਜਲਦੀ ਟਾਇਰ ਤਾਂ ਪੈ ਗਏ ਆ ਹੁਣ ਮੋਹਰਿਓ ਲੱਗਦੀ ਆ ਥੋੜ੍ਹੀ ਥੋੜ੍ਹੀ ਨਾਲ ਜਦੋਂ ਕੱਟਦੇ ਆ ਨਾ ਗੱਡੀ ਇੱਧਰ ਉੱਧਰ ਨੂੰ ਤੇ ਬੰਪਰ ਲੱਗਦਾ ਹੁਣ ਜਾਂ ਚੁਕਵਾਉਣੀ ਪੈਣੀ ਆ ਜਾਂ ਬੰਪਰ ਮਾੜਾ ਮਾੜਾ ਗ੍ਰਾਇੰਡ ਨਾਲ ਕਟਾਉਣਾ ਪੈਣਾ ਗ੍ਰਾਇੰਡਰ ਦੇ ਨਾਲ ਹੁਣ ਇਸ ਵੇਲੇ ਪਤਾ ਨਹੀਂ ਕੋਈ ਮਿਲੂਗਾ ਚੱਕਣ ਵਾਲਾ ਜਾਂ ਗ੍ਰਾਇੰਡਰ ਵਾਲਾ ਜਾਂ ਨਹੀਂ ਮਿਲੂਗਾ ਹੁਣ ਇਹਨਾਂ ਨੂੰ ਪਹਿਲਾਂ ਕਿਹਾ ਸੀਗਾ ਦੱਸ ਦਿਓ ਕੀ ਲੱਗੂਗੀ ਤਾਂ ਨਹੀਂ ਪਹਿਲਾਂ ਕਹਿੰਦੇ ਨਹੀਂ ਲੱਗੂਗੀ ਹੁਣ ਕਹਿੰਦੇ ਪਏ ਆ ਕਿ ਇੱਦਾਂ ਇੱਦਾਂ ਦੇਖਦੇ ਹਾਂ ਕੀ ਸਿਸਟਮ ਬਣਦਾ ਉੱਧਰ ਚੱਲਦੀ ਪਈ ਗੱਲਬਾਤ ਆਹੋ ਭਾਅ ਜੀ ਹਿਸਾਬ ਜੇ ਨਾ ਕਰੀ ਥੋੜ੍ਹਾ ਟਾਇਰ ਤਾਂ ਸੋਹਣੇ ਲੱਗਦੇ ਆ ਪਾਇਓ ਹੁਣ ਬਾਕੀ ਕਟਾਈ ਕਟੂਈ ਦੇਖ ਲੈਂਦੇ ਇੱਕ ਵਾਰੀ ਕੱਟ ਹੁੰਦੀ ਪੂਰੀ ਕਿ ਨਹੀਂ ਚਲੀਏ ਲਓ ਬਈ ਟਾਇਰ ਪੈ ਗਏ ਆ ਅਤੇ ਹੁਣ ਗੱਡੀ ਚੁਕਵਾਵਾਂਗੇ ਹੁਣ ਦੇਖਦੇ ਹਾਂ ਜੇ ਤਾਂ ਅੱਜ ਹੀ ਚੁਕਵਾਈ ਤਾਂ ਬਲੋਕ 'ਚ ਅੱਗੇ ਕੰਟੀਨਿਊ ਕਰਾਂਗੇ ਜੇ ਕੱਲੂ ਚੁਕਵਾਈ ਤਾਂ ਤੁਹਾਨੂੰ ਅੱਗੇ ਜਾ ਕੇ ਦੱਸ ਦੇਵਾਂਗੇ ਅਤੇ ਬਲੋਕ ਕਰ ਦੇਵਾਂਗੇ ਇੱਥੇ ਹੀ ਖਤਮ ਨਾਲ ਤੁਸੀਂ ਜੁੜੇ ਰਹੋ ਬਾਕੀ ਟਾਇਰ ਚੈੱਕ ਕਰੋ ਦਿਨੇ ਦਿਖਾਊਂਗਾ ਇੱਕ ਵਾਰੀ ਰਾਤ ਤੋਂ ਤੁਹਾਨੂੰ ਵੀ ਨਹੀਂ ਸਮਝ ਆਉਣੀ ਰਾਤ ਨੂੰ ਕੀ ਹੈ ਕੀ ਨਹੀਂ
ਲੋ ਬਈ ਰਾਤੀ ਘਰ ਪਹੁੰਚਣ 'ਚ ਲੇਟ ਹੋ ਗਏ ਸੀ ਤਾਂ ਵੀਡੀਓ ਨਹੀਂ ਬਣਾ ਪਾਇਆ ਅੱਗੇ ਹੁਣ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਇਸ ਚੈਨਲ ਦੇ ਉੱਤੇ ਹੋਰ ਘੈਂਟ ਘੈਂਟ ਸਫਾਰੀ ਦੀਆਂ ਵੀਡੀਓਜ਼ ਆਉਣੇ ਵਾਲੀਆਂ ਆ ਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓਜ਼ ਦੇ ਵਿੱਚ ਤਦ ਤੱਕ ਲਈ ਬਾਏ।